ਇੱਕ ਯੁੱਗ ਲੱਖਾਂ ਸਾਲਾਂ ਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮਾਧੀ ਲਾਈ ਤੇ ਨੌ ਯੁੱਗ ਵਾਹ 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 ਹੀ ਕਰਦੇ ਰਹੇ। ਪਰਮਾਤਮਾ ਦਾ ਨਾਮ ਹੀ ਜਪਦੇ ਰਹੇ ਵਿਸ਼ਨ, ਉਸ ਪਰਮਾਤਮਾ ਦਾ ਅਕਾਲ ਪੁਰਖ ਦਾ। ਬਾਬਾ ਵਿਸ਼ਨਾ ਨਾਮ ਜਪਾਵੇ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਨੌ ਯੁੱਗ ਹੋਰ ਭਗਤੀ ਕੀਤੀ, ਉਹਦੇ ਤੇ ਹਾਹੇ ਅੱਖਰ ਤੇ ਕੀਤੀ, ਹਾਹੇ ਤੇ। ਫਿਰ ਨੌ ਯੁੱਗ ਭਗਤੀ ਕੀਤੀ ਗੱਗੇ ਅੱਖਰ ਤੇ, ਫਿਰ ਨੌ ਯੁੱਗ ਭਗਤੀ ਕੀਤੀ ਰਾਰੇ ਤੇ, ਇਹ ਬਣ ਗਏ 36 ਯੁੱਗ। 36 ਯੁੱਗ ਵਿੱਚ ਵਾਹਿਗੁਰੂ ਮੰਤਰ ਬਣਾ ਕੇ ਫਿਰ ਇੱਕ ਇੱਕ ਅੱਖਰ ਤੇ ਇੱਕ ਇੱਕ ਯੁੱਗ ਨਾਮ ਜਪਾਇਆ। ਸੱਤ ਯੁੱਗ ਵਿੱਚ ਸਾਰੇ ਵਿਸ਼ਨੂੰ ਦਾ ਨਾਮ ਜਪਾਇਆ। ਤ੍ਰੇਤੇ ਯੁੱਗ ਵਿੱਚ ਰਾਮ ਜੀ ਦਾ ਨਾਮ ਜਪਾਇਆ। ਦੁਆਪਰ ਵਿੱਚ ਹਰੀ ਦਾ ਨਾਮ ਜਪਾਇਆ। ਕਲਯੁੱਗ ਵਿੱਚ ਹੁਣ ਗੁਰੂ ਦਾ ਨਾਮ ਹੀ। ਇਹ 40 ਯੁੱਗ ਦਾ ਜਾਪ ਬਣ ਗਿਆ ਕਿ ਵਾਹਿਗੁਰੂ ਮੰਤਰ ਇੰਨਾ ਵੱਡਾ ਹੈ ਕਿ ਇਹਦੇ ਜਪਣ ਦੇ ਨਾਲ ਬਹੁਤ ਵੱਡਾ ਫਲ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇੱਕ ਵਾਰੀ ਵਾਹਿਗੁਰੂ ਦੇ ਫਲ ਦਾ ਕੋਈ ਅੰਤ ਨਹੀਂ ਪਾ ਸਕਦਾ। ਜਿਵੇਂ ਰਾਮ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਆਈ ਸੀ, ਸਭ ਘਟ ਗਈ ਸੀ। ਇਵੇਂ ਵਾਹਿਗੁਰੂ ਸ਼ਬਦ ਦੇ ਬਰਾਬਰ ਕੋਈ ਵੀ ਨਹੀਂ ਹੈਗਾ। ਵਾਹਿਗੁਰੂ ਸ਼ਬਦ ਸ਼ਰਧਾ ਭਾਵਨਾ ਨਾਲ ਆਖੀਏ ਤੇ ਦੁੱਖ ਮੁਸੀਬਤ ਉੱਥੇ ਘਟ ਜਾਂਦੀ, ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ। ਘਟੀ ਜਾਊਗੀ ਚੁਰਾਸੀ ਤੇਰੀ ਇੱਕ ਵਾਰੀ ਬੋਲ ਵਾਹਿਗੁਰੂ, ਘਟੀ ਜਾਊਗੀ ਚੁਰਾਸੀ ਤੇਰੀ ਇੱਕ ਵਾਰੀ ਬੋਲ ਵਾਹਿਗੁਰੂ, ਘਟੀ ਜਾਊਗੀ ਚੁਰਾਸੀ ਤੇਰੀ ਇੱਕ ਵਾਰੀ ਬੋਲ ਵਾਹਿਗੁਰੂ। ਸਤਿਗੁਰੂ ਤਾਰਨ ਵਾਸਤੇ ਆਏ, ਸੁੱਖ ਦੇਣ ਵਾਸਤੇ ਆਏ। ਗੁਰੂ ਦੁੱਖਾਂ ਨੂੰ ਕੱਟਦੇ ਆ, ਦੁੱਖ ਦਿੰਦੇ ਨਹੀਂ। ਗੁਰੂ ਡਰ ਭੈ ਪਾਉਂਦੇ ਨਹੀਂ, ਡਰ ਭੈ ਸਾਡੇ ਦੂਰ ਕਰਦੇ ਆ। ਜਪਣਾ ਗੁਰੂ ਨੂੰ ਪਿਆਰ ਨਾਲ ਹੀ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸੀ, ਬਈ ਦੇਖੋ ਬਈ ਕਿੱਡਾ ਸੌਦਾ ਸਸਤਾ, ਕਿੱਡਾ ਸਸਤਾ ਸੌਦਾ ਕਿ ਇੱਕ ਵਾਰੀ ਵਾਹਿਗੁਰੂ ਕਹਿ ਤੇਰੀ ਜਮਾਂ ਵਾਲੀ ਫਾਸੀ ਕੱਟੀ ਜਾਏਗੀ, ਇਹ ਤੇਰੀ 84 ਲੱਖ ਜੂੜ ਕੱਟੀ ਜਾਏਗੀ। ਇੱਕ ਵਾਰੀ ਵਾਹਿਗੁਰੂ ਬੋਲ, ਇਹਨੂੰ ਏਡਾ ਵੱਡਾ ਇਹਦਾ ਪ੍ਰਤਾਪ ਸਮਝ ਕੇ ਵਾਹਿਗੁਰੂ ਕਹਿਣਾ। ਇਹ ਨਹੀਂ ਕਿ ਵਾਹਿਗੁਰੂ ਰਾਮ ਮੰਗਤੇ ਮੰਗਦੇ ਹੁੰਦੇ ਨਾ, ਰਾਮ ਦੇ ਨਾਮ ਤੇ ਪੈਸਾ ਦੇ ਦੇ, ਰੁਪਈਆ ਦੇ ਦੇ, ਜਵਾਨੀ ਦੇ ਦੇ, ਵਾਹਿਗੁਰੂ ਦੇ ਨਾਮ ਤੇ ਕਣਕ ਦੀ ਬੋਰੀ ਦੇ ਦੇ, ਵਾਹਿਗੁਰੂ ਨਾਮ ਤੇ ਵਿਰਾਈ ਦੇ ਦੇ, 100 ਰੁਪਈਆ 200 ਰੁਪਈਆ। ਇਹ ਵਾਹਿਗੁਰੂ ਨਾਮ ਛੋਟਾ ਨਹੀਂ। ਵਾਹਿਗੁਰੂ ਦੇ ਨਾਮ ਤੇ 200-400-500 ਰੁਪਈਆ ਬਣਾ ਲਈਏ, ਵਾਹਿਗੁਰੂ ਨਾਮ ਦਾ ਫਲ ਬਹੁਤ ਵੱਡਾ, ਇਹਦੀ ਕੀਮਤ ਨਹੀਂ ਗਿਣੀ ਜਾ ਸਕਦੀ।
ਤੋਂ ਸਾਰੇ ਫਲ ਪ੍ਰਾਪਤ ਹੁੰਦੇ ਆ ਜਿਹੜਾ ਵਾਹਿਗੁਰੂ ਦੇ ਨਾਲ ਜੁੜਦਾ ਹੈ। ਸਾਡੇ ਗੁਰੂ ਮਹਾਂਪੁਰਸ਼ ਇੱਕ ਵਾਰੀ ਵਾਹਿਗੁਰੂ ਕਹਿਣ ਨਾ ਤੇ 7 ਕਰੋੜ ਵਾਰੀ ਵਾਹਿਗੁਰੂ ਜਪਿਆ ਜਾਂਦਾ ਉਹਨਾਂ ਦਾ। ਗੁਰਮੁਖ ਰੋਮ ਰੋਮ ਹਰ ਧਿਆਵੇ, ਜਿਹੜਾ ਬੰਦਾ ਵਾਸ਼ਨਾ ਭੋਗਦਾ ਹੈ, ਕਾਮ ਵਾਸ਼ਨਾ ਕ੍ਰੋਧ ਭੋਗਦਾ ਹੈ, ਕ੍ਰੋਧ ਗੁੱਸਾ ਆ ਜਾਏ ਤੇ ਵਾਲ ਖੜੇ ਹੋ ਜਾਂਦੇ ਰੋਮ। ਕਿਸੇ ਦੇ ਅੰਦਰ ਮਾੜੀ ਵਾਸ਼ਨਾ ਆ ਜਾਏ, ਸਰੀਰ ਦੇ ਰੋਂਗਟੇ ਖੜੇ ਹੋ ਜਾਂਦੇ। ਇਸ ਦਾ ਮਤਲਬ ਵੀ ਪੂਰੇ ਪੂਰੇ ਸਾਡੇ ਰੋਮ ਜਿਹੜੇ ਜਾਗਦੇ ਨੇ, ਜੀਂਦੇ ਜਾਗਦੇ। ਤੇ ਮਹਾਂਪੁਰਸ਼ ਜਿਵੇਂ ਵਿਸ਼ਈ ਆਦਮੀ ਵਿਸ਼ੇ ਭੋਗਦਾ ਨਾ ਵਾਲ ਵਾਲ ਨਾਲ, ਉਹਨੂੰ 7 ਕਰੋੜ ਪਾਪਾਂ ਦਾ ਫਲ ਮਿਲਦਾ ਹੈ। ਜਿਸ ਕ੍ਰੋਧੀ ਦਾ ਰੋਮ ਰੋਮ ਕੌੜਾ ਹੈ ਸਰੀਰ ਦਾ, ਉਹ 7 ਕਰੋੜ ਵਾਰੀ ਕ੍ਰੋਧ ਕਰ ਜਾਂਦਾ ਹੈ। ਇੱਕ ਵਾਰੀ ਕਰਨ ਤੇ 7 ਕਰੋੜ ਕ੍ਰੋਧ ਕਰ ਜਾਂਦਾ ਹੈ। ਤੇ ਜਿਹੜਾ ਨਾਮ ਜਪਣ ਵਾਲਾ ਹੈ ਨਾ, ਜਿਹਦਾ ਮਨ ਖੁਸ਼ ਹੁੰਦਾ ਹੈ, ਰੋਮ ਖੁਸ਼ ਹੁੰਦੇ ਨੇ, ਸਰੀਰ ਖੇਡਦਾ ਹੈ, ਉਹ ਫਿਰ ਜਦੋਂ ਵਾਹਿਗੁਰੂ ਕਹਿੰਦਾ ਨਾ, ਉਹਦੇ ਰੋਮ ਰੋਮ ਵਾਹਿਗੁਰੂ ਦੇ ਨਾਮ ਤੇ ਖੜੇ ਹੋ ਜਾਂਦੇ ਆ। ਆਖੋ ਸੀ